ਸ੍ਰੀਕਾਲ ਜੀ ਸਾਰਿਆਂ ਨੂੰ। ਮੈਂ ਰਿਪਨਦੀਪ ਸਿੰਘ ਜਵੰਦਾ, ਇੱਧਰ ਬੈਠੇ ਨੇ ਮੇਰੀ ਮੰਮਾ, ਅਸੀਂ ਫਰਿੱਜ ਦੀ ਉਡੀਕ ਕਰ ਰਹੇ ਹਾਂ, ਫਰਿੱਜ ਆਉ ਨਵਾਂ ਲਿਆ ਤਾ ਹੈ ਨਾ ਅੰਮਾ, ਫਰਿੱਜ ਵੀ ਵਰਪੂਲ ਦਾ ਮੈਨੂੰ ਵਧੀਆ ਨਹੀਂ ਲੱਗਾ। ਤੁਸੀਂ ਦੂਰ ਵਰਪੂਲ ਦਾ ਉਹ ਦੋ ਡੋਰ ਵਾਲਾ ਲਿਆਉਣਾ ਜਿਹੜਾ ਉੱਤੇ ਖਾਣਾ ਲੱਗ ਗਿਆ ਆਈਸਕ੍ਰੀਮ। ਕੈਮਰਾ ਲਾ ਰੱਖਿਆ ਪੁੱਤ, ਢੰਗ ਨਾਲ ਵਲੌਗ ਬਣਾ ਲੈ ਲੈ ਮੈਂ ਬੋਲਾਂ। हेलो जी, सत श्री अकाल जी सारिया नूं। पिंड पंजाब दे चैनल ते थोड़ा स्वागत है। जिहड़ा हुण टाइम है जी आथन दा, 7:05 बाकी ने। ते मेरी दाल धरी पई, आटा गुन्निया पिया, रोटी बनाउण वाली रहिंदी है बस। अज असीं उधर नहीं जांदे सैर करन। रिपन ने तुहानूं पहली दस्सता अपना फ्रिज आउंदा हैगा, फिर ओह रेहड़ी वाले भाई ने तां किराया देणा उहदा, नाल आपां फ्रिज लहावांगे। इस करके मास्टर जी कहिंदे नहीं जांदे, जा नहीं लगे सी। उन्हां दा फोन आ गया ਵੀ ਅਸੀਂ ਆ ਰਹੇ ਹਾਂਗੇ ਅਤੇ ਫਰਿੱਜ ਦੀ ਵੇਟ ਕਰਦੇ ਹਾਂ, ਫਿਰ ਆਪਾਂ ਰੋਟੀ ਰੋਟੀ ਬਣਾਉਂਦੇ ਹਾਂ। ਅਤੇ ਹਨੇਰੀ ਜਿਹੀ ਵਾਲਾ ਮੌਸਮ ਬਣਿਆ ਪਿਆ, ਰੇਤਾ ਜਿਹਾ ਚੜਿਆ ਪਿਆ। ਬਾਕੀ ਦੇਖੋ ਜੀ, ਹਨੇਰੀ ਆਉਂਦੀ ਆ ਕਿ ਨਾ ਆਉਂਦੀ ਹੈਗੀ। ਜਦੋਂ ਵੀ ਹਨੇਰੀ ਆਉਂਦੀ, ਰੇਤਾ ਰਾਵ ਪੱਤੇ ਬਹੁਤ ਜ਼ਿਆਦਾ ਆ ਜਾਂਦੇ ਨੇ, ਕਿਉਂਕਿ ਆਪਣੇ ਅੱਗੇ ਸਾਰੇ ਜਿਹੜੇ ਬਾਹਰ ਨੇ ਵਾਹੇ ਹੋਏ ਨੇ। ਅਤੇ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਜੀ, ਜੀਰੀ ਬਾਰੇ। ਕਾਫੀ ਜ਼ਿਆਦਾ ਤੁਹਾਡੇ ਕਮੈਂਟਸ ਆਉਂਦੇ ਨੇ ਵੀ ਸਿੱਧੀ ਬਿਜਾਈ ਜੀਰੀ ਦੀ। ਪਿਛਲੇ ਸਾਲ ਸਾਡੇ ਬਹੁਤ ਜ਼ਿਆਦਾ ਬੀਜੀ ਸੀ ਸਿੱਧੀ ਜੀਰੀ, ਅਤੇ ਤੁਹਾਡੇ ਬਹੁਤ ਜ਼ਿਆਦਾ ਕਮੈਂਟ ਆਏ ਸਿੱਧੀ ਬਿਜਾਈ ਜੀਰੀ ਦੇ ਬਾਰੇ। ਪਿਛਲੇ ਸਾਲ ਆਪਣੇ ਕਾਫੀ ਜ਼ਿਆਦਾ ਬਿਜਾਈ ਹੋਈ ਸੀ ਸਿੱਧੀ, ਇਸ ਸਾਲ ਘੱਟ ਹੋਈ ਆ, ਕਿਉਂਕਿ ਜੀ ਮਿਹਨਤ ਬਹੁਤ ਭਾਲਦੀ ਆ ਇਹ, ਫਿਰ ਕੱਖ ਨਹੀਂ ਹੋਣੇ ਚਾਹੀਦੇ ਇਹਦੇ ਵਿੱਚ, ਫਿਰ ਵਧੀਆ ਨਿਕਲਦੀ ਆ। ਜਿਨ੍ਹਾਂ ਨੇ ਮਿਹਨਤ ਕਰੀ ਸੀ ਬਹੁਤ ਜ਼ਿਆਦਾ, 96 ਮਣ ਕਿੱਲੇ 'ਚੋਂ ਨਿਕਲੀ ਆ, ਮਤਲਬ ਕਿ 8 ਕਨਾਲਾਂ 'ਚੋਂ 96 ਮਣ ਪਈ ਹੈਗੀ, ਅਤੇ ਮਿਹਨਤ ਜ਼ਿਆਦਾ ਭਾਲਦੀ ਆ। ਐਤਕੀ ਬਹੁਤ ਘੱਟ ਲੋਕਾਂ ਨੇ ਬਿਜਾਈ ਕਰੀ ਆ, ਬਸ ਸਾਰੇ ਲਵਾਉਣਗੇ। ਅਤੇ ਲੇਬਰ ਬਾਹਰਲੀ ਦਾ ਨਹੀਂ ਪਤਾ, ਪਿੰਡ ਵਾਲੀ ਲੇਬਰ ਲਾਊ। ਅਤੇ ਅਗਲੀ ਗੱਲ, ਕਮੈਂਟਸ ਆ ਰਹੇ ਨੇ ਵੀ ਝੋਨੇ ਦੇ ਰੇਟ ਬਾਰੇ, ਅਜੇ ਕੋਈ ਰੇਟ ਨਹੀਂ ਖੁੱਲਿਆ, ਸਾਰੇ ਅਸੀਂ ਕਹਿੰਦੇ ਨੇ ਵੀ ਜਿੰਨਾ ਮੰਗ ਦੇਖ ਲਾਂਗੇ, ਜਿਹੜਾ ਰੇਟ ਹੋਊਗਾ ਦੇ ਦਾਂਗੇ। ਅਤੇ ਪਿਛਲੇ ਸਾਲ ਚੱਲੋ ਸਾਡੇ ਚੱਲਿਆ ਸੀ ਜੀ 4000 ਕਿੱਲੇ ਦਾ, 8 ਕਨਾਲਾਂ ਦਾ 4000 ਰੁਪਏ ਰੇਟ ਚੱਲਿਆ ਸੀ, ਜਿਹਦੇ ਵਿੱਚ ਚਾਹ ਪਾਣੀ ਦੇਣਾ ਸੀ ਅਤੇ ਰੋਟੀ ਉਹਨਾਂ ਦੀ ਆਪਦੀ ਹੁੰਦੀ ਸੀ। ਇਸ ਸਾਲ ਦੇਖੋ ਕੀ ਰੇਟ ਚੱਲਦਾ ਹੈਗਾ। ਅਤੇ 10 ਤਰੀਕ ਸਰਕਾਰ ਨੇ ਦਿੱਤੀ ਹੈ, ਬਸ ਆਪਾਂ ਛੱਡ ਲਾਂਗੇ ਪਾਣੀ 8-9 ਤੱਕ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਮੀਂਹ ਆ ਜਾਵੇ ਅਤੇ ਹੋਰ ਸੌਖਾ ਹੋ ਜਾਵੇ। ਅਤੇ ਬੀਜਾਂ ਲਾਵਾਂਗੇ ਆਪਾਂ ਪੂਛਾ 44 ਹੋਈ, ਵਿੱਚ ਉਹਦੇ ਬਾਰੇ ਕਮੈਂਟਸ ਵੀ ਆ ਰਹੇ ਨੇ ਵੀ ਸਰਕਾਰ ਨਹੀਂ ਲੈਂਦੀ, ਅਤੇ ਫਿਰ ਸਾਰੀ ਦੁਨੀਆ ਹੀ ਇਹੀ ਬੀਜਦੀ ਆ ਨਾ, ਲੈਣੀ ਪੂ ਸਰਕਾਰ ਨੂੰ, ਇਹ ਤਾਂ ਕਿਵੇਂ ਨਹੀਂ ਲੈਂਦੀ ਹੈਗੀ। ਬਾਕੀ ਵੇਖਦੇ ਹਾਂ ਜੀ। ਅਤੇ ਇੱਧਰ ਮਾਸਟਰ ਜੀ ਖੜੇ ਨੇ ਉਡੀਕ 'ਤੇ, ਸੈਰ ਨਹੀਂ ਕਰਨਾ ਚਾਹੀਦਾ। ਹਾਂਜੀ ਆ ਕੀ ਕਰ ਰਹੀਆਂ? ਹਾਂਜੀ ਸੂਟ ਲਿਆਓ, ਮੇਰਾ ਫੋਨ ਕਰਾਂ। ਅਤੇ ਜਿਹੜਾ ਆਪਾਂ ਸੂਟ ਲੈ ਕੇ ਆਏ ਸੀ, ਗੁਰਲੀਨ ਨੇ ਸਲਾਹ ਲਿਆ ਉਹਦੇ ਵਿੱਚੋਂ, ਮੰਮੀ ਕਹਿੰਦੇ ਜ਼ਿਆਦਾ ਪਲਾਜੋ ਨੀਤੂ ਨੂੰ ਨਾ ਬਣਵਾਏ, ਉਹ ਤਾਂ ਭਿਉਂ ਲੈਂਦੀ ਹੈ, ਪਾਉਂਦੀ ਨਹੀਂ। ਅਤੇ ਉਹਨੂੰ ਕਹਿ ਕੇ ਆਈਆਂ ਭਾਈ ਵੀ ਗੁਰਲੀਨ ਦੇ ਸੂਟ ਤੋਂ ਬਾਅਦ ਜਿਹੜੀ ਫਰੋਕ ਬਣੀ ਉਹ ਆਪਾਂ ਨੀਤੂ ਦੀ ਬਣਾ ਦਾਂਗੇ। ਹੁਣ ਇਹਨੂੰ ਬਾਹਰ ਲੈ ਕੇ, ਹਾਂ ਫੋਨ ਚੱਕ ਲਿਆ। ਅਤੇ ਬਾਕੀ ਅਗਲੀ ਗੱਲ ਇਹ ਹੈ, ਬੱਚੇ ਜਿੱਦ ਕਰਦੇ ਨੇ ਵੀ ਸਾਨੂੰ ਕਿਤੇ ਲੈ ਕੇ ਜਾਓ ਲੈ ਕੇ ਜਾਓ। ਦੇਖਦੇ ਹਾਂ ਜੀ, ਕੱਲ੍ਹ ਨੂੰ ਅਸੀਂ ਸਲਾਹ ਕਰਦੇ ਹਾਂ ਅਮਰਤ ਭੈਣ ਕੋਲ ਜਾਣ ਦੀ। ਸਲਾਹ ਅੱਜ ਦੀ ਸੀ ਅੰਮਾ ਜੀ, ਗੱਲ ਮੁੱਕ ਗਈ ਸੀ। ਆਹ ਗੱਲ ਸੀ, ਮੈਂ ਆਪਣੇ ਅੱਜ ਜਾਣਾ ਸੀ ਉਹਨੂੰ ਤੁਲਾਉਂ। ਅਸੀਂ ਅੱਜ ਜਾਣਾ ਸੀਗਾ ਅੰਮ੍ਰਿਤ ਭੈਣ ਕੋਲ, ਇਹਨਾਂ ਨੂੰ ਮਿਲਾ ਲਿਆ ਉਹਨੇ, ਦੂਰ ਤਾਂ ਆਪਾਂ ਜਾਂਦੇ ਨਹੀਂ। ਉੱਥੋਂ ਤਾਂ ਐਂ ਵੀ ਹੈ ਵੀ ਜੇ ਮੱਝ ਕਿਸੇ ਤੋਂ ਨਾ ਮਿਲੀ, ਮੈਂ ਭੱਜ ਕੇ ਆ ਕੇ ਸਕੂਟੀ 'ਤੇ ਧਾਰ ਕੱਢ ਜੂੰਗੀ, ਧਾਰਾਂ ਕੱਢ ਜੂੰਗੀ, ਬੂਹਾ ਬੂਹਾ ਸਿੱਟ ਜੂੰਗੀ, ਜਾਣਾ ਜ਼ਰੂਰੀ ਆ। ਅਸੀਂ ਕੀ ਸਲਾਹ ਕਰਦੇ, ਤੁਸੀਂ ਹੱਸੋਂਗੇ, ਮੈਂ ਮਾਥਣ ਦੀਆਂ ਧਾਰਾਂ ਕੱਢ ਕੇ ਵਗ ਜੂੰਗੀ ਸਾਰਾ ਕੰਮ ਕਰਕੇ, ਵੀ ਉੱਥੇ ਰਾਤ ਰਹਿ ਲਾਂਗੇ। ਮੈਂ ਸਵੇਰੇ, ਮੈਂ ਬੱਚੇ ਜਦੋਂ ਸਾਰੇ ਸੁੱਤੀ ਪਏ ਹੋਣਗੇ, ਮੈਂ ਚੱਕ ਕੇ ਸਕੂਟਰੀ 4 ਵਜੇ 4:30 ਆ ਜੂੰਗੀ, ਧਾਰਾਂ ਤੋਂ ਕੱਢ ਕੇ ਦੁਬਾਰੇ ਫੇਰ ਵਗ ਜੂੰਗੀ, ਗੋਹਾ ਚੱਕ ਕੇ ਧਾਰਾਂ ਕੱਢ ਕੇ ਵਗ ਜੂੰਗੀ। ਕੀ ਕਰੀਏ ਜੀ, ਜ਼ਿੰਮੇਦਾਰੀਆਂ ਗੱਲ ਪੈ ਗਈ ਹੈ ਨਾ, ਜਦੋਂ ਬਸ ਆਈ ਹੈ। ਕਾਫੀ ਤੁਹਾਡੇ ਕਮੈਂਟਸ ਹੋਣੇ, ਤੁਹਾਡਾ ਕੰਮ ਫਲਾਨਾ ਨਹੀਂ ਕਰਦਾ, ਫਲਾਨਾ ਨਹੀਂ ਕਰਦਾ, ਕੋਈ ਕਿਸੇ ਦਾ ਕੰਮ ਨਹੀਂ ਕਰਦਾ, ਮੱਝਾਂ ਦਾ ਤਾਂ ਖਾਸ ਕਰਕੇ ਹੋਊ, ਕਿਸੇ ਦਾ ਕੰਮ ਨਹੀਂ ਕਰਦਾ ਜੀ, ਦੋ ਰੋਟੀਆਂ ਬਣਾ ਕੇ ਦੇ ਦਿੰਦਾ ਫੈਮਿਲੀ ਮੈਂਬਰ ਨੂੰ। ਮੱਝਾਂ ਤੋਂ ਤਾਂ ਸਾਰੀ ਦੁਨੀਆ ਡਰਦੀ ਹੈ, ਮੱਝਾਂ ਤੋਂ ਗੋਹੇ ਤੋਂ। ਚਲੋ ਦੇਖਦੇ ਹਾਂ, ਜੇ ਕੋਈ ਮਿਲ ਗਿਆ ਧਾਰਾਂ ਧੂਰਾਂ ਕੱਢਣ ਵਾਲਾ ਦੇਖ ਲਾਂਗੇ, ਨਹੀਂ ਮੈਂ ਆ ਕੇ ਕੱਢੂ। ਤਸਵੀਰ ਭਰਿਆ ਹੋਇਆ ਹਜੇ ਤੱਕ ਫਰਿੱਜ ਆਇਆ ਨਹੀਂ, ਆ ਮੈਂ ਡੀਕ ਤਾਂ ਆਪਾਂ ਉਹਦੀ 'ਚ ਹਨਾ, ਹੈ ਡੀਕ 'ਚ ਨਾ ਭਾਈ ਇੱਧਰ। ਗਿਆ
काफी ज्यादा हो गया जिस की लेट हो गई ते बाहर मौसम है जेड़ा खराब हो गया बिल्कुल गुम हो गया हो सकता पता नहीं मिली आऊ पता नहीं हनेरी आऊगी रोटी खा लिए फिर आपा हुन फ्रिज रखोने हैं मैं करके ले आऊंगी लस्सी मैंने तो खाने अनबॉक्सिंग करा ये वरना बोल रहा कोई उधर भी सारा कुछ लोड करने वाला आया क्या ले रिया आप भी चल रहे हैं प्लग तो पाए नहीं आप भी चल रहे हैं देखो मौसम कितना खराब है गुरलीर सिर ढक लै आ जाओ सोडे सट सुटना बच्चा गेट डिग गया सिर ते आ जाओ मुड़े आओ बस ना अंदर वड़ने नु जी करता है रेता साफ तो कलीन मैनू ही करना पऊगा ना लगा
ਬਸਦਾ ਰਹੇ ਪੰਜਾਬ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵੱਸਦੇ ਰਹੋ।